मेरा यात्रा मशहूर कलाकार प्रेमी प्रगट भागो जी इंसान भजन सुना रहे हैं जी। धन धन सतगुरु तेरा ही यात्रा। धन धन सतगुरु तेरा ही यात्रा। मुकाबला 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 सेवा विच चलदा मुकाबला 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 सेवा विच चलदा मुकाबला 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 सेवा विच चलदा मुकाबला 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 सेवा विच चलदा मुकाबला 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 हर कोई जितन नहीं मुकाबला 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 सेवा विच चलदा मुकाबला Thank you.
ਰਾਨੀ ਜਾਵੇ ਦਿਨ ਦਿਨ ਵੱਧਦੀ ਕੁਸ਼ਤੀ ਸਿਖਾਉਂਦੇ ਇਹਨਾਂ ਨੇੜੇ ਨਾ ਵੀ ਲੱਗਦੀ ਲੋਕਾਂ ਦੀ ਹੈਰਾਨੀ ਜਾਵੇ ਦਿਨ ਦਿਨ ਵੱਧਦੀ ਕੁਸ਼ਤੀ ਥਕਾਨ ਨੇੜੇ ਇਹਨਾਂ ਦੇ ਨਾ ਲੱਗਦੀ ਸਤਿਗੁਰ ਕਹਿੰਦੇ ਬੱਚੇ ਧੋਨੀ ਆਪਣੇ ਦੇ ਪੱਕੇ ਪੂਰੀ ਜਿੰਦ ਜਾਨ ਲਗਾਉਂਦੀ ਹੈ ਸੇਵਾ ਵੀ ਕਮਾਉਂਦੀ ਹੈ ਤੇ ਨਾਮ ਉੱਚੀ ਹੁੰਦੀ ਹੈ ਸੇਵਾ ਵਿੱਚ ਪੂਰੀ ਜਿੰਦ ਜਾਨ ਲਗਾਉਂਦੀ ਹੈ ਸੇਵਾ ਵੀ ਕਮਾਉਂਦੀ ਹੈ ਤੇ ਨਾਮ ਵੀ ਆਉਂਦੀ ਹੈ ਸਾਰੇ ਨੂੰ ਪੂਰਾ ਜੋਰ ਜਾਰੀ ਹੋਈ ਹੈ ਜੀ ਨਾਮ ਜੀ ਨੂੰ ਮੰਨਦੇ ਨੇ ਰੱਬ ਝੂਠੀਆਂ ਨੇ ਬਾਕੀ ਗੱਲਾਂ ਇਹਨਾਂ ਲਈ ਸੱਤ ਸੱਤ ਨਾਮ ਜੀ ਨੂੰ ਮੰਨਦੇ ਨੇ ਰੱਬ ਗੁਰੂ ਰਾਣੀਆਂ ਦੇ ਬਾਰੇ ਬਾਰੇ ਲੱਗਦੇ ਪਿਆਰੇ ਗੁਰੂ ਰਾਣੀਆਂ ਦੇ ਬਾਰੇ ਬਾਰੇ ਲੱਗਦੇ ਪਿਆਰੇ ਨੁਕਰ ਸਿਰਫ ਨਸਾਰੇ ਮੁਕਾਬਲਾ 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 ਮੇਰਾ ਵੀ ਜਿੱਤਣ ਦਾ ਮੁਕਾਬਲਾ ਧੰਨ ਸਤਿਗੁਰੂ ਤੇਰਾ ਹੀ ਹੈ। ਹਾਂਜੀ ਪਿਆਰੀ ਸਤਸੰਗ ਜੀਓ, ਸੇਵਾ ਕਾ ਮੇਵਾ ਨਾ ਮਿਲੇ ਹੋ ਨਹੀਂ ਸਕਤਾ। ਆਦਮੀ ਮਰਿਆਦਾ ਮੇ ਰਹੇ, ਬਚਨੋ ਮੇ ਰਹੇ, ਤੋ ਨਾ ਘਰ ਮੇ ਕੋਈ ਕਮੀ ਆਤੀ ਹੈ, ਨਾ ਖੁਦ ਕੇ ਅੰਦਰ ਕੋਈ ਕਮੀ ਰਹਿਤੀ ਹੈ। ਮਾਲਿਕ ਅੰਦਰ ਬਾਹਰ ਸੇ ਮਾਲਾ ਮਾਲ ਕਰ ਦੇਤਾ ਹੈ। ਸੇਵਾ ਦਿਲ ਜਾਨ ਸੇ ਕਮਾਓ, ਖਿਆਲ ਇਹ ਰੱਖੋ ਕਿ ਮਰਿਆਦਾ ਮੇ ਰਹਿਣਾ ਹੈ, ਬਚਨੋ ਵੀ ਪੱਕੇ ਰਹਿਣਾ ਹੈ। ਸੇਵਾ ਕਰਕੇ ਪਤਾ ਨਹੀਂ ਮਾਲਕ ਨੇ ਕਿਤਨੀ ਖੁਸ਼ੀਆਂ ਦੇਣੀ ਹੁੰਦੀ ਹੈ, ਪਰ ਅਗਰ ਆਦਮੀ ਬਚਨੋ ਵੀ ਪੱਕਾ ਨਾ ਰਹੇ ਤਾਂ ਸਾਰਾ ਕੁਛ ਚਲਾ ਜਾਂਦਾ ਹੈ। ਸੇਵਾ ਉੱਤਮ ਧੰਦਾ ਹੈ, ਭਾਗਿਆਸ਼ਾਲੀ ਹੈ ਆਪ ਜੋ ਸੇਵਾ ਕਰ ਰਹੇ ਹੈ। ਪਰਮ ਪਿਤਾ ਪਰਮਾਤਮਾ ਕੀ ਦਿਆ ਮੇ ਰਹਿਮਤ ਹੈ, ਉਸਕਾ ਰਹਿਮੋ ਕਰਮ ਹੈ ਕਿ ਆਪ ਖੁਸ਼ੀਆਂ ਲੈ ਰਹੇ ਹੈ, ਔਰ ਮਾਲਿਕ ਆਪਕੇ ਪਰਿਵਾਰੋਂ ਕੋ ਵੀ ਖੁਸ਼ੀਆਂ ਬਖਸ਼ੇ। ਜੋ ਵੀ ਸੇਵਾਦਾਰ ਸੇਵਾ ਮੇ ਲਗੇ ਹੈ, ਸ਼ਾਬਾਸ਼, ਹਿੰਮਤ ਸੇ ਸੇਵਾ ਕਰਤੇ ਰਹੋ।
तेजी से लगे रहो बेटा, जितनी सेवा कमा लोगे, हम इसलिए नहीं कहते कि काम जल्दी हो जाए, ये कौन सा हमारा अपना काम है, हमारा तो आप सबको पार ले जाना, मालिक से मिलाना, मालिक ने ये ड्यूटी लगाई है वही काम है, लेकिन इसमें आपके कर्म बनते हैं, इससे हमें खुशी आती है, इसलिए हम शोर मचाते रहते हैं, भाई तेज करो काम, तेजी से करो, रुको ना, मन बड़ा जालिम है, घर से काम धंधा छोड़ के आए हो, बातों में टाइम ना लगाओ, खाने पीने में टाइम ना लगाओ, रफा हालत में ऐसे इधर उधर घूमो ना, ताकि समय अगर निकाल के आए हो तो परमार्थ का आपको पूरा पूरा फल मिले, अंदर बाहर से माला माल हो जाओ, वो समय सदुपयोग हो, दुरुपयोग ना हो, तो ये आपके लिए ही हमेशा कहते रहते हैं। सेवा करके अमल करता है, बचनों पे चलता है, हम गारंटी देते हैं ना उसके अंदर कमी रहेगी और ना बाहर कमी रहेगी, बस मर्यादा में पक्के रहो, बचनों पे पक्के रहो, ये जरूरी है। तो प्यारे सत्संग जी, शादी वाले परिवार आए हैं और दीन दुखियों मध्य में बैंक में